साहब श्री गुरु ग्रंथ साहब जी की हजूरी विच साहब श्री गुरु ग्रंथ साहब जी दे उट आसरे नूं लै के साहबजादे दा शहीदीपुर मना रही समूह साध संगत जी निर्मता साहब फतेह पलौना जी प्रवान करो। वाहेगुरु जी का खालसा वाहेगुरु जी की फतेह। सरबंस वार दिता इस देश ते कौम तो मेरे कलगीधर पातशाह ने किसी शायर ने चार लाइनां कलम बंद कीतियां हले 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 ਉਟੇਂਦੇ ਦੇਸ਼ ਦਾ ਕੋਈ ਜਦੋਂ ਸਹਾਰਾ ਨਹੀਂ ਸੀ ਤੇ ਉਹਦਾ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਉਹ ਚਾਰ ਲਾਲ ਸਨ ਦਿੱਤੇ ਪਰਮਾਤਮਾ ਨੇ ਤੇ ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ ਉਹ ਮਾਤਾ ਗੁਜਰੀ ਜੋ ਬੁਰਜ ਦੇ ਵਿੱਚ ਗੁਜਰੀ ਤੇ ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਉਹ ਮੈਨੂੰ ਮਤ ਗਾ ਛਹਿਣ ਛਾ ਤੁਸੀਂ ਸਿੰਘੋ ਤੇ ਕਿਸ਼ਤਾਂ ਨਾਲ ਤਾਂ ਕਰਜ਼ੇ ਉਤਾਰਿਆ ਮੈਂ ਦਸ਼ਮੇਸ਼ ਪਿਤਾ ਪਰਿਵਾਰ ਪੰਥ ਤੋਂ ਵਾਰ ਗਿਆ ਕਣਕ ਲੱਗੀ ਧਰ ਦਸ਼ਮੇਸ਼ ਪਿਤਾ ਪਰਿਵਾਰ ਪੰਥ ਤੋਂ ਵਾਰ ਗਿਆ ਪੁੱਤਰਾਂ ਦੀ ਹੱਡੀਆਂ ਦੇ ਉੱਤੇ ਸਿੱਖ ਕੌਮ ਦਾ ਮੈਲ ਉਸਾਰ ਗਿਆ ਕਣਕ ਲੱਗੀ ਧਰ ਦਸ਼ਮੇਸ਼ ਪਿਤਾ ਪਰਿਵਾਰ ਪੰਥ ਤੋਂ ਬਾਹਰ ਗਿਆ ਦੀਆਂ ਹੱਡੀਆਂ ਦੇ ਉੱਤੇ ਸਿੱਖ ਕੌਮ ਦਾ ਮੈਲ ਉਸਾਰ ਗਿਆ ਸਭਿਅਤ ਦਾ ਰਾਖਾ ਉਹ ਦਾਨੀ ਕਰ ਗਿਆ ਸੀ ਵੱਡੀ ਕੁਰਬਾਨੀ ਦੋ ਵਿੱਚ ਗੜੀ ਚਮਕਾਰ ਵਾਰੇ ਦਾਨੀਆਂ ਵਿੱਚ ਖਲਾਰ ਗਿਆ ਵਿੱਚ
ਵਿੱਚ ਗੜੀ ਚਮਕਾਰ ਵਾਰੇ ਦਾਨੀਆਂ ਵਿੱਚ ਖਲਾਰ ਗਿਆ ਕਲਗੀ ਦਰਦ ਸ਼ਮੇਸ਼ ਪਿਤਾ ਪਰਿਵਾਰ ਪੰਥ ਤੋਂ ਮਾਰ ਗਿਆ ਪੁੱਤਰਾਂ ਦੀਆਂ ਹੱਡੀਆਂ ਦੇ ਉੱਤੇ ਸਿੱਖ ਕੌਮ ਦਾ ਮੈਲ ਉਸਾਰ ਗਿਆ ਹੱਡੀਆਂ ਤੇ ਉੱਤੇ ਸਿੱਖ ਕੌਮ ਦਾ ਮੈਲ ਉਸਾਰ ਗਿਆ ਕਾਂਤੇ ਦੇ ਰੰਗ ਨਿਆਰੇ ਨੇ ਦਾਤੇ ਦੇ ਰੰਗ ਨਿਆਰੇ ਨੇ ਛੋਟੀ ਉਮਰ ਪਿਤਾ ਜੀ ਵਾਰੇ ਨੇ ਛੋਟੀ ਉਮਰ ਪਿਤਾ ਜੀ ਵਾਰੇ ਨੇ ਨਾਵੇਂ ਤੇਗ ਬਹਾਦਰ ਦਾਰੂ ਚਾਂਦਨੀ ਚੌਂਕ ਦੀ ਠਾਰ ਗਿਆ ਤੂੰ ਨਾਵੇਂ ਤੇਗ ਬਹਾਦਰ ਦਾਰੂ ਚਾਂਦਨੀ ਚੌਂਕ ਦੀ ਠਾਰ ਗਿਆ ਕਲਗੀ ਦਰਦ ਸ਼ਮੇਸ਼ ਪਿਤਾ ਪਰਿਵਾਰ ਪੰਥ ਤੋਂ ਮਾਰ ਗਿਆ ਪੁੱਤਰਾਂ ਦੀਆਂ ਹੱਡੀਆਂ ਦੇ ਉੱਤੇ ਸਿੱਖ ਕੌਮ ਦਾ ਮੈਲ ਉਸਾਰ ਗਿਆ ਰੱਬ ਵਰਗਾ ਸੀ ਅਣਸਾਣ ਗੁਰੂ ਰੱਬ ਵਰਗਾ ਸੀ ਅਣਸਾਣ ਗੁਰੂ ਰੱਬ ਵਰਗਾ ਸੀ ਅਣਸਾਣ ਗੁਰੂ ਹਨ ਮਾਣਿਆ ਦਾ ਮਾਣ ਗੁਰੂ ਕੁਝ ਮਾਛੀ ਵਾੜੇ ਜੰਗਲਾਂ ਵਿੱਚ ਜਿੰਦੜੀ ਦੇ ਪੈਰ ਗਜਾਰ ਗਿਆ ਉਹ ਚੂਲਾ ਚਾਂਦੀ ਦਾ ਤੇ ਮਖਮਲੀ ਗੱਦਿਆਂ ਤੇ ਉਹ ਚੂਲਾ ਚਾਂਦੀ ਦਾ ਤੇ ਮਖਮਲੀ ਗੱਦਿਆਂ ਤੇ ਤੇ ਦਿੰਦੀ ਲੋਰੀਆਂ ਹੈ ਸੀ ਦਾਈ ਤੈਨੂੰ ਉਹ ਝੂਲਾ ਚਾਂਦੀ ਦਾ ਮਖਮਲੀ ਗੱਦਿਆਂ ਤੇ ਤੇ ਦਿੰਦੀ ਲੋਰੀਆਂ ਹੈ ਸੀ ਦਾਈ ਤੈਨੂੰ
वट रह गया जे किते बिस्तरे ते ते सारी रखिया रात जगाई तैनू ओ मैं हैरान हां गुजरी ते शेर चन्ना मैं हैरान हां गुजरी ते शेर चन्ना ते दस कंडिया ते नींद किवें आई तैनू कुछ माछी वाले जंगलां विच जिंदड़ी ते पैर गजार गया तन कलगी दर्द शमेश पिता परिवार पंथ तो मार गया कलगी दर्द शमेश पिता परिवार पंथ तो मार गया पुत्रां दियां हड्डियां दे उत्ते सिख कौम दे महल उसार गया पुत्रां दियां हड्डियां दे उत्ते सिख कौम दे महल उसार गया इन्हां शब्दां दे नाल फतेह बुलाउंदा हां जी बहुत बहुत धन्नवाद समूह साध संगत दा धन्नवाद सैकटरी साहब दा जिन्हां ने 5-7 मिनट दा टाइम बख्शिया धन्नवाद गुरु ग्रंथ साहिब जी दा जिन्हां ने माणे जिहे सरूप नूं किवता बोलन दा चज बख्शिया इन्हां शब्दां दे नाल फतेह बुलाउंदा जी वाहिगुरु जी का खालसा वाहिगुरु जी की फतेह ए सन